ਮੇਰਾ ਨਾਮ ਜੀ ਜਤਿੰਦਰ ਸਿੰਘ ਰਿੰਕੂ ਕੀ ਆਉਂਦਾ ਤੁਹਾਡੇ? ਮੈਂ ਜੀ ਜੱਗਬਾੜੀ ਪੰਜਾਬ ਕੇਸੀ 'ਚ ਬਤੌਰ ਪੱਤਰਕਾਰ ਹਾਂ ਜੀ, ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦਾ ਮੈਂ ਦਿਹਾਤੀ ਪ੍ਰਧਾਨ। ਅੱਜ ਤੁਸੀਂ ਪੱਤਰਕਾਰਾਂ ਸਮੇਤ ਇੱਥੇ ਪਹੁੰਚੇ ਜੇ ਕਸਬਾ ਟਾਲੀ 'ਚ, ਕੀ ਮੁੱਦਾ? ਪਹਿਲਾਂ ਤਾਂ ਮੈਂ ਮਤਲਬ ਇਹ ਕਹਿਣਾ ਚਾਹੂੰਗਾ ਵੀ ਮੈਂ ਜਸਵੀਰ ਦੇ ਨਾਲ ਕੋਈ ਪੱਤਰਕਾਰਤਾ ਦੇ ਤੌਰ 'ਤੇ ਨਹੀਂ ਆਇਆ, ਮੈਂ ਇੱਥੇ ਇੱਕ ਭਰਾ ਦੇ ਤੌਰ 'ਤੇ ਇਹਨਾਂ ਦੇ ਨਾਲ ਇੱਥੇ ਅੱਜ ਆਇਆ ਵਾਂ, ਅਤੇ ਖੁੱਲ੍ਹੇ ਤੌਰ 'ਤੇ ਇਹ ਅੱਜ ਮਤਲਬ ਬਿਆਨ ਦਿੰਦਾ ਵਾਂ, ਸਾਡੀ ਜਿਹੜੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਆ, ਸਾਰਾ ਪੱਤਰਕਾਰ ਭਾਈਚਾਰਾ ਜਸਵਿੰਦਰ ਸਿੰਘ ਜੱਸ ਜੀ ਦੇ ਨਾਲ ਚੱਟਾਨ ਵਾਂਗੂ ਖੜ੍ਹੇ ਅਸੀਂ। ਸਾਨੂੰ ਜਿੱਥੇ ਵੀ ਰਾਤ ਨੂੰ ਅੱਧੀ ਰਾਤ ਨੂੰ ਇਹ ਬੁਲਾਉਣਗੇ ਅਸੀਂ ਉੱਥੇ ਹਾਜ਼ਰ ਹੋਵਾਂਗੇ, ਅਤੇ ਬਾਕੀ ਜਿਹੜੇ ਧਮਕੀਆਂ ਦਿੰਦੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਦੱਲਿਓ ਕਿਸੇ ਬੰਦਾ ਕੋਈ ਥੱਲੇ ਉੱਠਿਆ ਵਾ ਤਾਂ ਨੂੰ ਧੜ ਤੋਂ ਵੇਖ ਨਹੀਂ ਹੁੰਦਾ। ਬਾਕੀ ਮੈਂ ਇਹ ਸਰਕਾਰ ਦੀਆਂ ਵੀ ਕੁਝ ਨਾਕਾਮੀਆਂ ਜਿਹੜੀਆਂ ਨਿਖੇਧਿਆਂ ਮੈਂ ਕਰਨੀਆਂ ਚਾਹੂੰਗਾ ਬਈ, ਅੱਜ 7 ਦਿਨ ਹੋ ਗਏ, 8 ਦਿਨ ਹੋ ਗਏ ਆ, ਇੱਕ ਬੰਦੇ ਨਹੀਂ ਮਤਲਬ ਟਰੇਸ ਹੁੰਦਾ, ਫੜੇ ਨਹੀਂ ਜਾਣਦਾ, ਬੜੀ ਨਾਕਾਮੀ ਵਾਲੀ ਗੱਲ ਆ। ਬਾਕੀ ਮੈਂ ਫਿਰ ਦੁਬਾਰਾ ਇਹੀ ਕਹੂੰਗਾ ਕਿ ਸਾਡਾ ਜਿਹੜਾ ਪੱਤਰਕਾਰ ਭਾਈਚਾਰਾ ਵਾ ਸਾਰਾ ਵੀਰ ਦੇ ਨਾਲ ਖੜਾ ਵਾ ਅਤੇ ਚੱਟਾਨ ਵਾਂਗ ਖੜਾ ਵਾ ਅਤੇ ਖੜੇ ਹੀ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।